ਸਮਾਂ ਦੱਸ ਦਿੱਤਾ, ਇਸ ਦਿਨ ਬੌਲੀ ਦਾ ਟੱਕ ਲਾਇਆ ਜਾਏਗਾ। ਬਾਬਾ ਬੁੱਢਾ ਸਾਹਿਬਾਏ ਅਰਦਾਸ ਕੀਤੀ ਗੱਲ ਵਿੱਚ ਪੱਲੂ ਪਾ ਕੇ, ਸੰਗਤ ਦੇ ਮਨ ਵਿੱਚ ਸੀ ਕਿ ਗੁਰੂ ਅਮਰਦਾਸ ਨੇ ਟੱਪ ਲਾਣਾ ਹੈ। ਹਜ਼ੂਰ ਨੇ ਕਈ ਪਕੜੀ, ਆਵਾਜ਼ ਦਿੱਤੀ, ਬਾਬਾ ਜੀ ਇਸ ਬੌਲੀ ਦਾ ਟੱਪ ਤੁਸੀਂ ਲਾਓਗੇ। ਦੇਖੋ ਜਿਸ ਬੌਲੀ ਵਿੱਚ ਆਪ ਇਸ਼ਨਾਨ ਕਰਦੇ ਹੋ, ਇਹਦਾ ਪਹਿਲਾ ਟੱਪ ਲਾਣ ਵਾਲੇ ਸਿੱਖੀ ਦੇ ਕੁਤਬੀ ਸਿਤਾਰੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਕੋਲ ਨੇ। ਬਾਬਾ ਬੁੱਢਾ ਜੀ ਨੇ ਟੱਪ ਲਾਇਆ ਬੌਲੀ ਸਾਹਿਬ ਦਾ, ਤੇ ਭਰ ਕੇ ਟੋਕਰੀ ਮਿੱਟੀ ਦੀ ਆਪਣੇ ਸਿਰ ਤੇ ਚੁੱਕ ਕੇ ਬਾਹਰ ਸੱਟ ਕੇ ਆਏ। ਉਸ ਬਾਬੇ ਦੇ ਲਾਏ ਹੋਏ ਟੱਪ ਦੀ ਬਰਕਤ ਹੈ, ਸਦੀਆਂ ਲੰਘ ਗਈਆਂ, ਅੱਜ ਵੀ ਸਿੱਖ ਉਸ ਬੌਲੀ ਦਾ ਇਸ਼ਨਾਨ ਕਰਕੇ ਅੰਦਰ ਦੀ ਸੰਤੁਸ਼ਟੀ ਪੈ ਲੈਂਦੇ। ਹਜ਼ੂਰ ਕਿਰਪਾਲੂ ਨੇ ਸਮਾਂ ਆਇਆ, 22 ਮੰਜੀਆਂ ਥਾਪੀਆਂ ਨੇ। ਮੈਂ ਚ ਇੱਕ ਸੱਜਣ ਦਾ ਖੋਜ ਭਰਿਆ ਲੇਖ ਪੜ੍ਹਿਆ, ਉਹ ਕਹਿੰਦੇ ਨੇ 22 ਮੰਜੀਆਂ ਕੇਵਲ ਨਹੀਂ, 22 ਪ੍ਰਚਾਰਕ ਜਿਹੜੇ ਵੱਖ ਵੱਖ ਥਾਵਾਂ ਤੇ ਪ੍ਰਚਾਰ ਕਰਦੇ ਸਨ, ਇਹਨਾਂ 22 ਦੀ ਕਮਾਂਡ ਬਾਬੇ ਬੁੱਢੇ ਦੇ ਖੱਤ ਵਿੱਚ ਸੀ। ਇਹਨਾਂ ਨੂੰ ਆ ਕੇ ਦੱਸਣਾ ਪੈਂਦਾ ਸੀ ਕਿ ਸਾਡੇ ਪ੍ਰਚਾਰ ਦਾ ਖਿੱਤਾ ਕਿਹੜਾ ਹੈ, ਅਸੀਂ ਕਿਹੜਾ ਕਿਹੜਾ ਪ੍ਰਚਾਰ ਕੀਤਾ। ਇਹਨਾਂ 22 ਪ੍ਰਚਾਰਕਾਂ ਦਾ ਆਗੂ ਵੀ ਹੈ ਬਾਬਾ ਬੁੱਢਾ ਸਾਹਿਬ ਜੀ। ਧੰਨ ਗੁਰੂ ਅਮਰਦਾਸ ਮੇਹਰਾਂ ਦੇ ਦਾਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼ੈਬਰਾਂ ਲਾਉਂਦੇ ਰਹੇ। ਸਮਾਂ ਆ ਗਿਆ, ਭਾਈ ਜੇਠਾ ਜੀ ਉਹ ਗੁਰੂ ਅਮਰਦਾਸ ਦੇ ਘਰ ਵਿੱਚ ਆ ਪਹੁੰਚੇ ਨੇ, ਸਿਰ ਤੇ ਟੋਕਰੀਆਂ ਚੁੱਕਦੇ ਨੇ, ਭਾਵੇਂ ਦਮਾਦ ਤੇ ਸਹੁਰੇ ਦਾ ਰਿਸ਼ਤਾ ਬਣ ਚੁੱਕਾ। ਅੱਜ ਲਖੌਰ ਦੇ ਲੋਕਾਂ ਨੇ ਕਿਹਾ ਕਿ ਦੇਖੋ ਜੀ ਜਵਾਈ ਬਣਾ ਕੇ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਢਵਾਉਂਦੇ ਨੇ। ਹਜ਼ੂਰ ਨੇ ਕਿਹਾ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਨੇ, ਕੀ ਤੁਹਾਨੂੰ ਭਾਈ ਜੇਠੇ ਦੇ ਸੀਸ ਤੇ ਟੋਕਰੀ ਵੀ ਨਜ਼ਰ ਆਉਂਦੀ ਹੈ, ਕੀ ਭਾਈ ਜੇਠਾ ਮਿੱਟੀ ਪਿਆ ਧੋਂਦਾ ਹੈ। ਇਸ ਪੂਰਨ ਪੁਰਸ਼ ਨੇ ਕਿਹਾ ਨਹੀਂ ਦਾਤਾ ਜੀ, ਇਹਨਾਂ ਕੋਲ ਨਜ਼ਰ ਕੋਈ ਨਹੀਂ, ਅਸਲ ਵਿੱਚ ਇਹ ਟੋਕਰੀ ਨਹੀਂ, ਭਾਈ ਜੇਠੇ ਦੇ ਸੀਸ ਉੱਤੇ ਗੁਰੂ ਨਾਨਕ ਦਾ ਛਤਰ ਪਿਆ ਚੁੱਲਦਾ ਹੈ, ਇਹਨਾਂ ਦੇ ਸੀਸ ਤੇ ਛਤਰ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪ੍ਰਾਪੁਰ ਪਿਆਨਾ ਕਰਨ ਤੋਂ ਪਹਿਲਾਂ ਫਿਰ ਬਾਬੇ ਬੁੱਢੇ ਨੂੰ ਬੁਲਾਇਆ ਗਿਆ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਬਾਬਾ ਬੁੱਢਾ ਸਾਹਿਬ ਆਪ ਕੋਲ ਆਏ। ਉਹਨਾਂ ਨੇ ਇਸ਼ਨਾਨ ਕਰਾ ਕੇ ਬਸਤਰ ਗੁਰੂ ਭਾਈ ਜੇਠਾ ਜੀ ਨੂੰ ਪਹਿਨਾ ਕੇ ਦਰਬਾਰ ਵਿੱਚ ਲਿਆਏ, ਮੱਥਾ ਟੇਕਿਆ ਗੁਰੂ ਅਮਰਦਾਸ ਨੇ। ਬਾਬੇ ਸੁੰਦਰ ਨੇ ਅੱਖਾਂ ਨਾਲ ਆਪਣੇ ਪੜਦਾਦੇ ਨੂੰ ਮਰਿਆਦਾ ਨਿਭਾਉਂਦਿਆਂ ਦੇਖਿਆ ਤੇ ਉਹ ਕੂਕ ਉੱਠਿਆ ਕਿ ਦੇਖੋ ਦੁਨੀਆਂ ਦੇ ਲੋਕੋ, ਸਤਿਗੁਰੂ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਉਹਨੇ ਦੇਖਿਆ ਉਸ ਕੌਤਕ ਨੂੰ ਤੇ ਉਹਨੇ ਬਾਣੀ ਵਿੱਚ ਕਹਿ ਦਿੱਤਾ, ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ, ਬਾਬਾ ਬੁੱਢਾ ਸਾਹਿਬ ਨੇ ਗੁਰਿਆਈ ਦੀ ਰਸਮ ਨਿਭਾਈ ਤੇ ਆਪਣੇ ਵੱਲੋਂ ਨਮਸਕਾਰ ਕਰ ਦਿੱਤੀ। ਪਰ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਗੁਰੂ ਅਮਰਦਾਸ ਬਾਬੇ ਬੁੱਢੇ ਨੂੰ ਲੈ ਕੇ ਗੁਰੂ ਰਾਮਦਾਸ ਜੀ ਦੇ ਨਾਲ, ਭਾਈ ਜੇਠਾ ਜੀ ਦੇ ਨਾਲ ਜਿਸ ਧਰਤੀ ਤੇ ਅੱਜ ਤੁਸੀਂ ਖਲੋ ਕੇ ਕਹਿੰਦੇ ਹੋ ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਜਿਸ ਦਿਨ ਇਸ ਸ਼ਹਿਰ ਦੀ ਮੋੜੀ ਗੱਡੀ ਗਈ ਉਹਨਾਂ ਮੋੜੀ ਗੱਡਣ ਵਾਲਿਆਂ ਵਿੱਚ ਵੀ ਬਾਬਾ ਬੁੱਢਾ ਸਾਹਿਬ ਸਨ। ਧੰਨ ਗੁਰੂ ਅਮਰਦਾਸ ਜੀ ਨੇ ਪ੍ਰਾਪੁਰ ਪਿਆਨਾ ਕੀਤਾ, ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਪੱਕਾ ਮੁਕਾਮ ਕਰ ਲਿਆ। ਅੱਜ ਇਹ ਕੁਤਬੀ ਸਿਤਾਰਾ ਜਿੱਥੇ ਜਿੱਥੇ ਗੁਰੂ ਜੋਤ ਜਾਂਦੀ ਏ ਉੱਥੇ ਨਾਲ ਤੁਰਿਆ ਜਾਂਦਾ ਹੈ।
ਕਿਉਂਕਿ ਆਦ ਗੁਰੂ ਕਹਿ ਕੇ ਗਏ ਨੇ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਖੁਸ਼ਾਂ। ਟੱਪ ਲਾਣਾ ਸ਼ੁਰੂ ਕੀਤਾ, ਕਾਰ ਸੇਵਾ ਆਰੰਭ ਹੋ ਗਈ ਤੇ ਅੱਜ ਵੀ ਪਰਕਰਮਾ ਵਿੱਚ ਖਲੋਤੀ ਹੋਈ ਬੇਰੀ ਕਹਿ ਰਹੀ ਹੈ ਲੰਘਣ ਵਾਲਿਓ ਮੇਰੀ ਛਾਂ ਦੇ ਥੱਲੇ ਬੈਠ ਕੇ ਗੁਰੂ ਨਾਨਕ ਦੇ ਸਿੱਖ ਬਾਬੇ ਬੁੱਢੇ ਨੇ ਸਿਰ ਤੇ ਟੋਕਰੀਆਂ ਵੀ ਢੋਈਆਂ ਤੇ ਸੰਗਤ ਤੋਂ ਸੇਵਾ ਵੀ ਕਰਾਈ। ਅੱਜ ਵੀ ਪਰਕਰਮਾ ਵਿਧੀ ਉਹ ਬੇਰੀ ਬਾਬੇ ਬੁੱਢੇ ਦੀ ਗਵਾਹੀ ਪਈ ਦਿੰਦੀ ਏ ਤੇ ਕੋਲ ਅਸੀਂ ਲੰਘਦੇ ਹਾਂ। ਮੈਂ ਇਹਨੂੰ ਕਰਮ ਕਾਂਡ ਨਾ ਸਮਝਿਓ ਤੇ ਮੈਨੂੰ ਬੁੱਤ ਪੂਜਕ ਨਾ ਸਮਝਿਓ। ਮੈਂ ਉਸ ਬੋਰੀ ਬੇਰੀ ਕੋਲ ਖਲੋ ਕੇ ਕਈ ਵਾਰੀ ਪੁੱਛਣਾ ਵਾਂ ਕਿ ਦੱਸ ਖਾਂ ਜਦੋਂ ਤੇਰੇ ਥੱਲੇ ਬੈਠ ਕੇ ਟੋਕਰੀ ਰੱਖ ਕੇ ਇਹ ਬਿਰਧ ਬਾਬਾ ਬੈਠਦਾ ਸੀ ਤੇ ਗੁਰੂ ਰਾਮਦਾਸ ਦੇ ਤੇ ਨਦਰਾਂ ਟਿਕਾਉਂਦੇ ਸਨ, ਇਸ ਬਾਬੇ ਦੇ ਚਿਹਰੇ ਦਾ ਜਲਾਲ ਕੀ ਹੋ ਜਾ ਸੀ, ਕਿੰਨੀ ਕੁ ਰਹਿਮਤ ਸੀ ਉਸ ਬਾਬੇ ਕੋਲ, ਕਿਉਂਕਿ ਤੂੰ ਸਦੀਆਂ ਤੋਂ ਖਲੋਤੀ ਏ, ਤੇਰੀ ਆਵਾਜ਼ ਕੋਈ ਆਤਮਦਰਸ਼ੀ ਮਹਾਂਪੁਰਸ਼ ਸੁਣ ਸਕਦਾ ਹੈ, ਤੂੰ ਇਤਿਹਾਸ ਸਮੇਟ ਕੇ ਬੈਠੀ ਏ, ਮੇਰੇ ਥੱਲੇ ਬਿਰਧ ਬਾਬਾ ਟਿਕਦਾ ਹੁੰਦਾ ਸੀ। ਹਜ਼ੂਰ ਕਿਰਪਾਲੂ ਜੀ ਦੇ ਕੋਲ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਦੀ ਕਾਰ ਸੇਵਾ ਪੈ ਕਰਾਉਂਦੇ ਨੇ, ਆਪਣੇ ਖੱਤੀ ਟੋਕਰੀਆਂ ਪੈ ਢੋਂਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵੇਲੇ ਕੀ ਗੁਰੂ ਅਰਜੁਨ ਦੇਵ ਇਹਨਾਂ ਤੋਂ ਵੱਡੇ ਮਹਾਂਦੇਵ, ਬਾਬਾ ਮਹਾਂਦੇਵ ਤੋਂ ਵੱਡੇ ਨੇ ਬਾਬਾ ਪਿਰਥੀਆ ਜੀ, ਤਿੰਨ ਪੁੱਤਰ ਨੇ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦੀ ਸੰਗਤ ਵਿੱਚ ਟਿਕੇ ਰਹਿੰਦੇ ਨੇ ਤੇ ਬਾਬਾ ਬੁੱਢਾ ਸਾਹਿਬ ਨੂੰ ਪਤਾ ਹੈ ਕਿ ਸੱਚੀ ਸਰਕਾਰ ਨੇ ਰਹਿਮਤਾਂ ਛੋਟੇ ਤੇ ਕਰਨੀਆਂ ਨੇ, ਬਖਸ਼ਿਸ਼ ਇਹਨਾਂ ਨੂੰ ਮਿਲੇਗੀ। ਬਾਬਾ ਬੁੱਢਾ ਸਾਹਿਬ ਸੇਵਾ ਵੀ ਤਤਪਰ ਨੇ ਤੇ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੇ ਭੇਜ ਦਿੱਤਾ ਹੈ। ਹਜ਼ੂਰ ਬੇਬਲ ਹੋ ਕੇ ਪਿਤਾ ਗੁਰੂ ਨੂੰ ਯਾਦ ਕਰਦੇ ਨੇ, ਪਿਰਥੀਆ ਕਪਟ ਲੈ ਕੇ ਬੈਠਾ ਤੇ ਪਿਤਾ ਨੇ ਬਾਣੀ ਵਿੱਚ ਕਹਿ ਦਿੱਤਾ ਕਿ ਪਿਰਥੀਏ ਭਾਵੇਂ ਤੂੰ ਮੇਰਾ ਖੂਨ ਹੈ, ਮਾਂ ਬਾਪ ਨੂੰ ਸਤਾਉਣ ਵਾਲਿਆ ਰੁਪਈਏ ਦਾ ਮਾਣ ਨਾ ਕਰੀ, ਦੋ ਲੋਕਾਂ ਵਿੱਚ ਵੀ ਸੁੱਖ ਨਹੀਂ ਮਿਲਣਾ। ਹਜ਼ੂਰ ਨੇ ਬਾਣੀ ਵਿੱਚ ਕਹਿ ਦਿੱਤਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਸਭ ਕੁਝ ਦੇਖਦੇ ਨੇ। ਹਜ਼ੂਰ ਨੇ ਸੁਨੇਹਾ ਭੇਜਿਆ ਬਾਬਾ ਜੀ ਕਿ ਤੁਸੀਂ ਲਾਹੌਰ ਦੀ ਧਰਤੀ ਤੇ ਜਾਓ, ਸੱਚੇ ਪਾਤਸ਼ਾਹ ਹੁਕਮ। ਕਹਿਣ ਲੱਗੇ ਅਰਜਨ ਜੀ ਨੂੰ ਲੈ ਕੇ ਆਓ, ਛੋਟੇ ਪੁੱਤਰ ਨੂੰ ਲੈ ਕੇ ਆਓ। ਬਾਬਾ ਬੁੱਢਾ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਗਏ ਤੇ ਜਦੋਂ ਗੁਰੂ ਅਰਜੁਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਦੇਖਿਆ ਤੇ ਚਿਹਰਾ ਪੂਰਨ ਖੜਾ ਵਿੱਚ ਆ ਗਿਆ ਕਿ ਮੇਰੇ ਗੁਰੂ ਦਾ ਪਿਆਰਾ ਸਿੱਖ ਆਇਆ ਤੇ ਉਹ ਸਿੱਖ ਜਿਹੜਾ ਗੁਰੂ ਨਾਨਕ ਦੇ ਸੀਨੇ ਦਾ ਪਿਆਰ ਮਾਣ ਚੁੱਕਾ ਹੈ। ਬਾਬਾ ਬੁੱਢਾ ਸਾਹਿਬ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੋਂ ਲੈ ਕੇ ਅੰਮ੍ਰਿਤਸਰ ਆਏ, ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਆਏ ਨੇ, ਕਿਉਂਕਿ ਗੁਰੂ ਰਾਮਦਾਸ ਜੀ ਨੇ ਚਲਾਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀਤਾ। ਹਜ਼ੂਰ ਨੇ ਪੁੱਛਿਆ ਗੁਰੂ ਰਾਮਦਾਸ ਜੀ ਨੇ ਬਾਬਾ ਜੀ ਕਿ ਗੁਰੂ ਜੋਤ ਦਾ ਵਾਰਸ ਕੌਣ ਹੈ, ਇਸ਼ਾਰਾ ਕਰਕੇ ਕਿਹਾ ਸੱਚੇ ਪਾਤਸ਼ਾਹ ਆਪ ਸਮਰੱਥ ਹੋ। ਕਹਿਣ ਲੱਗੇ ਤੁਹਾਡੀ ਸਲਾਹ, ਕਹਿੰਦੇ ਨੇ ਇਹ ਦਾਤ ਇਹ ਜੋਤ ਖਸਮ ਦੀ ਵਡਿਆਈ ਹੈ, ਮੈਨੂੰ ਤਾਂ ਇੰਝ ਹੀ ਅਨੁਭਵ ਹੁੰਦਾ ਹੈ ਇਸ ਜੋਤ ਦੇ ਵਾਰਸ ਕੇਵਲ ਧੰਨ ਗੁਰੂ ਅਰਜੁਨ ਦੇਵ ਜੀ ਨੇ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜੁਨ ਦੇ ਪੁੱਤਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਮੈਂ ਕਹਿੰਦਾ ਵਾਹ ਬਾਬਾ ਬੁੱਢਾ ਸਾਹਿਬ ਜੀ, ਜਿਸ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਸੀ ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਮੱਥਾ ਟੇਕਣ ਦਾ ਸੁਭਾਗ ਤੁਹਾਨੂੰ ਪ੍ਰਾਪਤ ਹੁੰਦਾ ਸੀ, ਪਹਿਲੀ ਚਰਨਾਂ ਦੀ ਛੋਹ
ਤੁਹਾਡੇ ਮੱਥੇ ਨੂੰ ਸਪਰਸ਼ ਕਰਦੀ ਸੀ। ਅਸਲ ਵਿੱਚ ਉਹ ਕੈਸੇ ਕਮਾਲ ਦੀ ਸ਼ੋ ਹੋਵੇਗੀ ਕਿ ਜਿਹਦੇ ਵਿੱਚ ਹੁਣੇ ਹੁਣੇ ਗੁਰੂ ਜੋਤ ਲੱਟ ਲੱਟ ਕਰਦੀ ਪ੍ਰਵੇਸ਼ ਕਰ ਗਈ, ਉਸ ਜੋਤ ਦੇ ਪਹਿਲੇ ਚਰਨਾਂ ਦੀ ਛੂ ਬਾਬੇ ਦੇ ਮੱਥੇ ਤੇ ਲੱਗਦੀ ਹੋਵੇ, ਕਿੰਨਾ ਕੁ ਭਾਗਾਂ ਵਾਲਾ ਹੋਵੇ ਉਹ ਮਹਾਂਪੁਰਸ਼। ਹਜ਼ੂਰ ਕਿਰਪਾਲੂ ਗੁਰੂ ਰਾਮਦਾਸ ਗੁਰੂਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਪ੍ਰਾਪੁਰ ਪਿਆਨਾ ਕਰ ਗਏ ਤੇ ਭੱਟਾਂ ਨੇ ਸ਼ਬਦ ਕਹੇ ਕਿ ਸਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ। ਭੱਟਾਂ ਨੇ ਸ਼ਬਦ ਕਹੇ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਹਜ਼ੂਰ ਦੇ ਜਿਸ ਦਿਨ ਬਰਾਦਰੀ ਸਿੱਖ ਇਕੱਠੇ ਹੋਏ, ਭੋਗ ਪਾਇਆ ਗਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਗਿਆ ਦਸਤਾਰ ਬੰਨੋ। ਉਹ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਦਸਤਾਰ ਬੰਨਣ ਲੱਗੇ ਤੇ ਪਿਰਥੀਏ ਨੇ ਖਲੋ ਕੇ ਦਸਤਾਰ ਖੋ ਲਈ ਤੇ ਨਾਲ ਇਹ ਕਿਹਾ ਬਾਬਾ ਕਿ ਤੁਸੀਂ ਵੀ ਅਰਜੁਨ ਨਾਲ ਰਲ ਗਏ ਹੋ, ਕੁਛ ਤੁਸੀਂ ਵੀ ਇਹਦੇ ਕੋਲੋਂ ਪਾ ਲਿਆ ਹੈ। ਬਾਬਾ ਬੁੱਢਾ ਸਾਹਿਬ ਨੇ ਪਰੀ ਸੰਗਤ ਵਿੱਚ ਕਿਹਾ, ਕਹਿਣ ਲੱਗੇ ਪਿਰਥੀਏ ਇੱਕ ਗੱਲ ਚੇਤੇ ਰੱਖੀ, ਗੁਰੂ ਜੋਤ ਕੱਪੜਿਆਂ ਦੀ ਮੁਥਾਜ ਨਹੀਂ, ਜੋਤ ਤਾਂ ਉਦੋਂ ਹੀ ਪ੍ਰਵੇਸ਼ ਕਰ ਗਈ ਸੀ ਜਦੋਂ ਗੁਰੂ ਰਾਮਦਾਸ ਨੇ ਮੱਥਾ ਟੇਕ ਦਿੱਤਾ ਸੀ। ਪੱਗ ਤੂੰ ਆਪਣੇ ਘਰ ਲੈ ਜਾ, ਜਿੱਥੇ ਮਰਜ਼ੀ ਪਗੜੀ ਬੰਨ ਕੇ ਤੁਰਿਆ ਫਿਰੀ, ਜੋਤ ਤਾਂ ਗੁਰੂ ਅਰਜਨ ਦੇਵ ਜੀ ਦੇ ਅੰਦਰ ਹੈ। ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਆਪ ਹਜ਼ੂਰ ਨੂੰ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਸਰੋਵਰ ਦੀ ਸੇਵਾ ਆਰੰਭ ਹੋ ਗਈ, ਹਰਿਮੰਦਰ ਦੀ ਉਸਾਰੀ ਹੋਣੀ ਹੈ। ਇਸੇ ਸਮੇਂ ਦੇ ਦਰਮਿਆਨ ਭਾਈ ਲੰਗਾਹ ਨੇ ਆਪਣੀ ਜ਼ਮੀਨ ਦਾ ਇੱਕ ਟੁਕੜਾ ਗੁਰੂ ਘਰ ਨੂੰ ਭੇਟਾ ਕੀਤਾ ਤੇ ਜਿਸ ਨੂੰ ਅੱਜ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਦੀ ਕਹਿੰਦੇ। ਹਜ਼ੂਰ ਨੇ ਕਿਹਾ ਬਾਬਾ ਜੀ ਕਿ ਤੁਸੀਂ ਬੀੜ ਸਾਹਿਬ ਵਿੱਚ ਟਿਕੋਗੇ, ਉੱਥੇ ਬਾਗਬਾਨੀ, ਉੱਥੇ ਪਸ਼ੂਆਂ ਦੀ ਸੰਭਾਲ, ਉੱਥੇ ਗੁਰੂ ਨਾਨਕ ਦੇ ਲੰਗਰਾਂ ਵਾਸਤੇ ਤੁਸੀਂ ਫਸਲ ਤਿਆਰ ਕਰੋਗੇ। ਬਾਬਾ ਜੀ ਨੇ ਸਤਿ ਬਚਨ ਕਿਹਾ, ਚਲੇ